ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੁਕਹੋ ਤਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ ਦਰਸ਼ਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹੇ ਸੋ ਪ੍ਰਸੰਨ ਮਾਧਵਹਿ ਸਰਨ ਸੰਤਕ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹੇ ਸੋ ਪ੍ਰਸੰਨ ਮਾਧਵਹਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਨਤਮਸਤਕ ਹੋ ਰਹੇ ਸਤਸੰਗੀ ਜਨੋ ਕਲੰਗੀ ਧਰ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਗੁਰਫਤਿਹ ਪ੍ਰਵਾਨ ਕਰਦਿਆਂ ਆਪੋ ਆਪਣੇ ਸੀਸ ਝੁਕਾਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬਾ ਅਦਬ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧਿਆ ਸਮੇਂ ਦੇ ਦੀਵਾਨ ਸਜ ਰਹੇ ਆ। ਹਰ ਰੋਜ਼ ਦੀ ਤਰ੍ਹਾਂ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਭਾਣੇ ਦੀ ਮੂਰਤ, ਤੱਤੀਆਂ ਤਵੀਆਂ ਤੇ ਚੌਂਕੜਾ ਲਾਉਣ ਵਾਲੇ ਤੇ ਰੱਬੀ ਗੁਣ ਗਾਉਣ ਵਾਲੇ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਸਤਿਗੁਰੂ ਜਿਨ੍ਹਾਂ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਪਾਵਨ ਬਚਨ ਉਚਾਰਨ ਹੋਇਆ, ਸਹਿਸਕ੍ਰਿਤੀ ਸਲੋਕਾਂ ਦੀ ਕਥਾ ਵਿਚਾਰ ਗੁਰੂ ਕਿਰਪਾ ਸਦਕਾ ਆਪਾਂ ਕਰਦੇ ਆ ਰਹੇ ਹਾਂ। ਅੱਜ ਵੀ ਇੱਕ ਸਲੋਕ ਦਾ ਪਾਠ ਪੜ੍ਹਿਆ ਤੇ ਸੁਣਿਆ ਗਿਆ ਹੈ, ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਧਰਮੀ ਪੁਰਖ ਦੇ ਲੱਛਣਾਂ ਦੀ ਜਿਹੜੀ ਗੱਲ ਹੈ ਉਹ ਸਮਝਾਈ ਹੈ। ਜਿਹੜਾ ਧਰਮੀ ਪੁਰਖ ਹੈ ਉਹਦੇ ਕੀ ਚਿੰਨ੍ਹ ਨੇ, ਉਹਦੀਆਂ ਕੀ ਨਿਸ਼ਾਨੀਆਂ ਨੇ, ਉਹਦੇ ਜੀਵਨ ਦੀਆਂ ਕੀ ਖੂਬੀਆਂ ਨੇ,
ਉਹ ਗੁਰੂ ਪਾਤਸ਼ਾਹ ਜੀ ਨੇ ਅਸਾਂ ਨੂੰ ਸਮਝਾਇਆ ਹੈ ਤੇ ਇਹ ਸਾਰੀਆਂ ਖੂਬੀਆਂ ਨਿਸ਼ਾਨੀਆਂ ਚਿੰਨ ਲੱਛਣ ਇਹ ਪ੍ਰਾਪਤ ਕਿਵੇਂ ਹੁੰਦੇ ਆ ਉਹ ਵੀ ਗੁਰੂ ਪਾਤਸ਼ਾਹ ਜੀ ਨੇ ਅਸਾਂ ਨੂੰ ਸਮਝਾਇਆ ਹੈ। ਸੋ ਆਓ ਇੱਕ ਵਾਰ ਅਸੀਸ ਰੂਪ ਵਿੱਚ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਪਾਤਸ਼ਾਹ ਜੀ ਨੇ ਧਰਮ ਦੀ ਬਾਤ ਸਮਝਾਈ ਹੈ ਉਹਦੇ ਵਿੱਚ ਦੋ ਪੱਖ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਬਹੁਤ ਧਰਮ ਨੇ ਦੁਨੀਆ 'ਤੇ, ਲਗਭਗ 350 ਧਰਮਾਂ ਦਾ ਜ਼ਿਕਰ ਹੈ ਛੋਟੇ ਅਤੇ ਵੱਡੇ। ਆਪਾਂ ਕੁਝ ਨੂੰ ਕੁਝ ਜਾਣਦੇ ਹਾਂ, ਸਾਮੀ ਧਰਮ ਕੀ ਨੇ ਅਤੇ ਜਾਂ ਭਾਰਤ ਦੇ ਪਦੇਸ਼ੀ ਧਰਮ ਕੀ ਆ ਉਹਨਾਂ ਬਾਰੇ ਆਪਾਂ ਨੂੰ ਪਤਾ ਹੈ ਜੀ। ਇਹ ਜੈਨੀ ਹੈ, ਬੋਧੀ ਹੈ, ਪਾਰਸੀ ਹੈ, ਇਹ ਹਿੰਦੂ ਨੇ, ਇਹ ਸਿੱਖ ਨੇ ਜਾਂ ਸਾਮੀ ਧਰਮ ਆ, ਇਹ ਈਸਾਈ ਆ, ਇਹ ਮੁਸਲਮਾਨ ਹੈ, ਇਹ ਤਾਦਕ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੋ ਕਿ ਜਿਹੜਾ ਧਰਮ ਹੈ ਧਰਮ ਕਿਹਨੂੰ ਕਹਿੰਦੇ ਨੇ ਜਾਂ ਧਰਮੀ ਪੁਰਖ ਦੀਆਂ ਨਿਸ਼ਾਨੀਆਂ ਕੀ ਆ। ਬਹੁਤ ਵੱਡਾ ਝਗੜਾ ਸੀ ਇਹ, ਚਾਰ ਵਰਨ ਚਾਰ ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨ ਹੈ, ਖੁਦੀ ਬਖੀਲੀ ਤਕੱਬਰੀ ਖਿੰਚੋ ਤਾਣ ਕਰੇਕ ਧੰਗਾਣੇ, ਭਾਈ ਗੁਰਦਾਸ ਸਾਹਿਬ। ਸੁਨਤ ਮੁਸਲਮਾਨ ਦੀ, ਤਿਲਕ ਜੰਝੂ ਹਿੰਦੂ ਲੁਭਾਣੇ, ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾ ਨੇ, ਸਿਰੋਂ ਨਾ ਚੂਕਣ ਆਵਣ ਜਾਣੇ। ਧਰਮ ਦੇ ਨਾਂ ਉੱਤੇ ਝਗੜਾ ਸੀ ਕੀ ਕਹਿੰਦੇ, ਹਿੰਦੂ ਕਹਿੰਦੇ ਅਸੀਂ ਵੱਡੇ ਹਾਂ ਅਤੇ ਮੁਸਲਮਾਨ ਕਹਿੰਦੇ ਵੀ ਸਾਡਾ ਧਰਮ ਵੱਡਾ ਹੈ। ਪਾਤਸ਼ਾਹ ਜੀ ਨੇ ਸਮਝਾਇਆ ਕਹਿੰਦੇ ਉਹੀ ਧਰਮ ਵੱਡਾ ਹੈ ਜਿਹਦੇ ਵਿੱਚ ਸ੍ਰੇਸ਼ਟ ਕਰਮ ਨੇ, ਚੰਗੇ ਕਰਮ ਨੇ, ਉਹ ਧਰਮ ਰੱਬ ਦੇ ਘਰ ਵਿੱਚ ਕਬੂਲ ਪੈਂਦਾ ਹੈ। ਇਹੀ ਗੱਲ ਕਹੀ ਸੀ ਨਾ ਮੱਕੇ ਦੀ ਧਰਤੀ 'ਤੇ, ਉੱਥੇ ਦੇ ਕਾਜੀ ਹਾਜੀ ਮੁਲਾਣੇ ਇਕੱਠੇ ਹੋ ਕੇ ਆ ਗਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ, ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਢੋਈ। ਜੇ ਕੋਈ ਨਾਮ ਆਪਣਾ ਹਿੰਦੂ ਕਹਾਏ, ਕੋਈ ਮੁਸਲਮਾਨ ਕਹਾਏ, ਧਰਮ ਦੇ ਗੁਣ ਅੰਦਰ ਹੈ ਨਹੀਂ, ਧਰਮੀ ਸੁਭਾਅ ਅੰਦਰ ਹੈ ਨਹੀਂ। ਜਿਵੇਂ ਕਿ ਮਹਾਰਾਜ ਜੀ ਦਾ ਵਚਨ ਹੈ, ਹਿੰਦੂ ਕੇ ਘਰ ਹਿੰਦੂ ਆਵੈ, ਹਿੰਦੂ ਕੇ ਘਰ ਹਿੰਦੂ ਆਵੈ। ਫਿਰ ਕਹਿੰਦੇ ਵੀ ਉਹ ਜਿਹੜਾ ਹਿੰਦੂ ਹਿੰਦੂ ਦੇ ਘਰ ਵਿੱਚ ਆਇਆ ਹੈ, ਸੂਤ ਜਨੇਊ ਪੜ੍ਹ ਗਲ ਪਾਵੈ, ਵੇਦ ਮੰਤਰਾਂ ਨੂੰ ਪੜ੍ਹ ਕੇ ਅਤੇ ਜਨੇਊ ਗਲ ਵਿੱਚ ਪਾ ਲੈਣਾ, ਪਰ ਇਹ ਬਾਹਰ ਦੇ ਦਿਖਾਵੇ ਪਾ ਕੇ ਧਾਰਮਿਕ ਚਿੰਨ੍ਹ ਪਾ ਕੇ ਜੇ ਧਰਮ ਜੀਵਨ ਵਿੱਚ ਨਾ ਆਇਆ ਤਾਂ ਪਾਤਸ਼ਾਹ ਜੀ ਕਹਿੰਦੇ ਵੀ ਉਹ ਕਬੂਲ ਨਹੀਂ ਪੈਣਾ।
ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਤਾਂ ਧਰਮ ਕੀ ਹੈ? ਪਾਤਸ਼ਾਹ ਜੀ ਨੇ ਦੋ ਖੂਬੀਆਂ ਦੱਸੀਆਂ ਨੇ ਇਹਦੇ ਵਿੱਚ। ਕਹਿੰਦੇ ਵੀ ਇੱਕ ਤਾਂ ਰੱਬ ਦਾ ਨਾਮ ਜਿਹਦੇ ਕੋਲ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ। ਦੂਜਾ ਕੀ ਕਿਹਾ ਜੀ? ਨਿਰਮਲ ਕਰਮ। ਉਹਦੀ ਜਿਹੜੀ ਕਰਨੀ ਹੈ ਨਾ, ਜੀਵਨ ਹੈ, ਉਹ ਨਿਰਮਲ ਹੋਵੇ, ਉਹਦੇ ਵਿੱਚ ਗੁਣ ਹੋਣ। ਅਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜਿਹੜਾ ਧਰਮ ਹੈ ਇਹ ਸਭ ਤੋਂ ਪਹਿਲਾਂ ਕੁਦਰਤ ਵਿੱਚ ਰੱਖਿਆ। ਜਿਵੇਂ ਪਹਿਲਾ ਧਰਮ ਖੰਡ ਹੈ ਨਾ, ਉਹਦੇ ਵਿੱਚ ਜ਼ਿਕਰ ਹੈ ਰਾਤੀ ਰੁੱਤੀ ਥਿੱਤੀ ਵਾਰ, ਇਹ ਧਰਮ ਖੰਡ ਦੀ ਬਾਣੀ ਹੈ। ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਫਿਰ ਪਾਤਸ਼ਾਹ ਜੀ ਕਹਿੰਦੇ ਵੀ ਇਹ ਜਿਹੜਾ ਧਰਮ ਹੈ ਤੇਰੇ ਸਰੀਰ 'ਚ ਵੀ ਹੈ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹ 'ਚ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਕਿਉਂਕਿ ਧਰਮ ਦੀਆਂ ਨਿਸ਼ਾਨੀਆਂ ਹੁੰਦੀਆਂ, ਵੈਸੇ ਤਾਂ ਹਰ ਇੱਕ ਚੀਜ਼ ਦੀਆਂ ਨਿਸ਼ਾਨੀਆਂ। ਬੰਦੇ ਨੂੰ ਜਿਹੜੀ ਬਿਮਾਰੀ ਹੈ ਨਾ, ਤਾਂ ਉਹਦੇ ਲੱਛਣ ਦੇਖ ਕੇ, ਨਿਸ਼ਾਨੀਆਂ ਦੇਖ ਕੇ ਡਾਕਟਰ ਦੱਸ ਦਿੰਦੇ ਨੇ, ਵੈਦ ਹਕੀਮ, ਵੀ ਤੈਨੂੰ ਫਲਾਣੀ ਬਿਮਾਰੀ ਹੈ। ਇਹ ਨਿਸ਼ਾਨੀਆਂ ਨੇ, ਇਸੇ ਤਰ੍ਹਾਂ ਧਰਮ ਦੀਆਂ ਵੀ ਨਿਸ਼ਾਨੀਆਂ ਨੇ। ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਧਰਮ ਹੈ ਤੇਰੇ ਸਰੀਰ 'ਚ ਰੱਬ ਨੇ ਬਿਠਾਇਆ ਹੋਇਆ ਹੈ, ਵੀ ਜੇ ਤੂੰ ਸਮਝਣ ਵਾਲਾ ਹੋਵੇ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਜਿਵੇਂ ਕਿ ਸਾਡੀਆਂ ਅੱਖਾਂ ਵੇਖਦੀਆਂ ਨੇ ਅਤੇ ਕਦਮ ਚੱਲਦੇ ਨੇ, ਕਦਮ ਉਦੋਂ ਹੀ ਚੱਲਦੇ ਨੇ ਜਦੋਂ ਅੱਖਾਂ ਵੇਖਦੀਆਂ ਨੇ। ਤਾਲਮੇਲ ਹੈ ਨਾ ਦੋਹਾਂ ਦਾ। ਜੇ ਅੱਖਾਂ ਨਾ ਵੇਖਣ ਕਦਮ ਜਦੀ ਰੁਕ ਜਾਣਗੇ। ਬੰਦਾ ਕਹਿੰਦਾ ਵੀ ਜੇ ਮੇਰੇ ਰਸਤੇ 'ਚ ਹਨੇਰਾ, ਅੱਖਾਂ ਨੂੰ ਦਿਸ ਨਹੀਂ ਰਿਹਾ, ਕੀ ਹੋਇਆ ਵੀ ਮੈਂ ਕਿਤੇ ਖੰਡੇ 'ਚ ਨਾ ਗਿਰ ਜਾਂ ਮੈਨੂੰ ਕੋਈ ਚੋਟ ਨਾ ਵੱਜ ਜੇ, ਠੋਕਰ ਨਾ ਵੱਜ ਜੇ। ਜਿਉਂ ਹੀ ਅੱਖਾਂ ਨੂੰ ਦਿਸਣਾ ਸ਼ੁਰੂ ਹੋਇਆ, ਕਦਮ ਫਿਰ ਚੱਲ ਪਏ। ਫਿਰ ਕਦਮਾਂ ਵੱਲ ਵੇਖੋ, ਬੰਦਾ ਤੁਰਿਆ ਜਾ ਰਿਹਾ, ਸਾਰੇ ਸਰੀਰ ਦਾ ਵਜਨ ਇੱਕ ਪੈਰ 'ਤੇ ਆ ਜਾਂਦਾ, ਅਤੇ ਪਿਛਲਾ ਪੈਰ ਉੱਠ ਕੇ ਅੱਗੇ ਆ ਜਾਂਦਾ, ਸਾਰਾ ਵਜਨ ਉਹ 'ਤੇ ਚਲਾ ਜਾਂਦਾ। ਫਿਰ ਇਉਂ ਬੰਦਾ ਆਪਣੀ ਵਾਟ ਨੂੰ ਤੈਅ ਕਰ ਲੈਂਦਾ, ਬਦਲ ਬਦਲ ਕੇ ਪੈਰ ਸਰੀਰ ਦਾ ਵਜਨ ਚੱਕਦੇ ਆ। ਤਾਲਮੇਲ ਹੈ ਨਾ ਦੋਹਾਂ 'ਚ। ਜੇ ਇੱਕ ਮਨੁੱਖ ਹੋ ਜੇ ਪੈਰ ਵੀ ਮੈਂ ਤਾਂ ਵਜਨ ਚੱਕਣਾ ਨਹੀਂ, ਬੰਦਾ ਆਪਣੀ ਮੰਜ਼ਿਲ ਮਕਸੂਦ 'ਤੇ ਕਿਵੇਂ ਪਹੁੰਚੂਗਾ? ਇਸੇ ਤਰ੍ਹਾਂ ਸਾਡੇ ਹੱਥ ਕੰਮ ਕਰਦੇ ਆ, ਕਿਰਤ ਕਰਦੇ ਆ, ਅਤੇ ਉਹ ਤੋਂ ਆਪਾਂ ਪ੍ਰਸ਼ਾਦਾ ਪਾਣੀ ਭੋਜਨ ਤਿਆਰ ਕਰਦੇ ਹਾਂ, ਰੋਜ਼ਮਰ੍ਹਾ ਦੀਆਂ ਲੋੜਾਂ ਨੇ, ਅਤੇ ਉਹ ਘਰ ਵਿੱਚ ਬੰਦਾ ਪ੍ਰਬੰਧ ਕਰਦਾ ਉਹਨਾਂ ਦਾ, ਅਤੇ ਹੱਥਾਂ ਨਾਲ ਤੋੜ ਤੋੜ ਕੇ ਗਰਾਹੀਆਂ ਮੂੰਹ 'ਚ ਪਾਉਂਦੇ ਹਾਂ, ਫਿਰ ਹੱਥ ਕੱਪੜੇ ਪਵਾਉਂਦੇ ਨੇ ਸਰੀਰ ਨੂੰ, ਹੱਥ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਤਾਲਮੇਲ ਹੈ ਇਹਨਾਂ ਦਾ। ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ। ਇਹ ਅੱਜ ਕੱਲ੍ਹ ਦੀ ਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ ਹੈ, ਕੋਈ ਵੀ ਨਵਜਾਤ ਬੱਚਾ ਤੁਸੀਂ ਤਹਿਖਾਨੇ 'ਚ ਰੱਖ ਦਿਓ, ਕਿਸੇ ਵੀ ਭਾਸ਼ਾ ਦਾ ਕੋਈ ਵੀ ਸ਼ਬਦ ਉਹਨੂੰ ਨਾ ਸੁਣਾਓ, ਬੱਚਾ ਕਦੇ ਬੋਲ ਨਹੀਂ ਸਕੂਗਾ। ਫਿਰ ਸਭ ਤੋਂ ਕੋਮਲ ਜਿਹੜਾ ਇੰਦਰ ਹੈ, ਜੀਵ ਜਿਹਦੇ ਵਿੱਚ ਹੱਡੀ ਕੋਈ ਨਹੀਂ,
ਸਾਡੇ ਮੁੱਖ 'ਚ ਰੱਖਿਆ, ਅਤੇ ਇਹਦੀ ਵਾੜ ਕਾਹਦੀ ਲਾਈ ਹੈ ਇਹਨੂੰ? 32 ਤਲਵਾਰਾਂ ਨੇ ਇਹ, 32 ਦੰਦ ਦੇ ਵਿੱਚ ਜੀਵ ਰੱਖਤੀ। ਬੜਾ ਕੋਮਲ ਹੈ ਜੀ ਇਹ। ਤਾਂ ਹੀ ਕਹਿੰਦੇ ਨੇ ਨਾ ਸਿਆਣੇ, ਕਹਿੰਦੇ ਵੀ ਜਿਹੜੀ ਜੀਵ ਹੈ ਹੱਡੀ ਕੋਈ ਨਹੀਂ ਹੁੰਦੀ, ਪਰ ਜੇ ਜੀਵ ਨਾਲ ਬੱਲੇ ਬੰਦੇ ਨੂੰ ਬੋਲਣਾ ਨਾ ਆਵੇ, ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ। ਜਿਹਨੂੰ ਬੋਲਣਾ ਨਾ ਆਵੇ ਤਾਂ ਉਹ ਵਿਚਾਰ। ਫਿਰ ਇਹ ਜਿਹੜਾ ਧਰਮ ਹੈ, ਧਾਰਮਿਕ ਚਿੰਨ੍ਹਾਂ 'ਚ ਵੀ ਰੱਖਿਆ। ਤਾਂ ਹੀ ਕਿਹਾ ਸੀ ਮਹਾਰਾਜ ਨੇ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਇਹੀ ਗੱਲ ਜੋਗੀ ਨੂੰ ਕਹੀ ਸੀ ਮਹਾਰਾਜ ਨੇ। ਬੰਦਾ ਸੰਤੋਖ ਸਰਮ ਪਦ ਚੋਲੀ, ਧਿਆਨ ਕੀ ਕਰਹਿ ਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹੀ ਗੱਲ ਸਿੱਖ ਨੂੰ ਕਹੀ ਸੀ ਮਹਾਰਾਜ ਨੇ ਵੀ ਜਿਹੜੇ ਪੰਜ ਕਕਾਰ ਨੇ, ਪੰਜ ਕੱਕੇ ਨੇ, ਇਹਦੇ ਵਿੱਚ ਤੇਰੀ ਰਹਿਤ ਵਹਿਤ ਹੈ, ਇਹਦੇ ਵਿੱਚ ਤੇਰਾ ਜੀਵਨ ਹੈ। ਇਹ ਜਿਹੜੇ ਕੇਸ ਨੇ, ਇਹ ਤੈਨੂੰ ਰੱਬੀ ਹੁਕਮ ਵਿੱਚ ਤੁਰਨ ਦੀ ਸਿੱਖਿਆ ਦਿੰਦੇ ਨੇ। ਹੱਥ ਵਿੱਚ ਕੜਾ ਪਾਇਆ, ਇਹ ਕੜੀ ਮਾਰੀ ਹੈ ਸੱਚੇ ਪਾਤਸ਼ਾਹ ਨੇ ਵੀ ਚੋਰੀ ਨਹੀਂ ਕਰਨੀ, ਹੱਥ ਨਾਲ ਧੱਕਾ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਕਿਰਤ ਕਰਨੀ ਹੈ, ਵੰਡਣਾ ਹੈ, ਮੰਗਣਾ ਨਹੀਂ। ਫਿਰ ਕੰਘਾ ਵੀ ਇਹੀ ਦੱਸਦਾ ਵੀ ਜਿਵੇਂ ਕੰਘਾ ਕੇਸਾਂ ਨੂੰ ਸਵਾਰ ਦਿੰਦਾ, ਸਿੱਧੇ ਕਰ ਦਿੰਦਾ, ਮੁਰਦਾ ਕੇਸਾਂ ਨੂੰ ਬਾਹਰ ਕੱਢਦਾ, ਵੀ ਤੂੰ ਵੀ ਮਨ ਵਿੱਚ ਉਲਝਣਾ ਨਹੀਂ ਰੱਖਣੀਆਂ ਭਾਈ, ਇਹਨੂੰ ਕੱਢ ਕੇ ਰੱਖੀ। ਹੋਰ ਅੱਗੇ ਚੱਲੋ, ਫਿਰ ਕਿਰਪਾਨ ਹੈ, ਉਹ ਵੀ ਦੱਸਦੀ ਹੈ ਕਿਰਪਾ ਪਲਾਸਾਨ, ਕਿਰਪਾ ਦਾ ਘਰ, ਗਰੀਬ ਦੀ ਰੱਖਿਆ, ਜਰਬਾਣੀ ਦੀ ਭਖਿਆ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੁ ਨਾਨਕ ਸੁਣ ਰੇ ਬਣਾ, ਗਿਆਨੀ ਤਾਹੇ ਔਖਾਨ। ਕਸ਼ਹਿਰਾ ਜਤ ਸਤ ਦਾ ਪ੍ਰਤੀਕ ਹੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਬਾਤ ਵਖਾਣੇ, ਆਪਣੀ ਇਸਤਰੀ ਸੋਰਤ ਹੋਈ, ਰਹਿਤਵਾਨ ਗੁਰਕਾ ਸਿੱਖ ਸੋਈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ, ਪਾਰਤਰੇ ਰੂਪਣਾ ਪੇਖੈ ਨੇਤਰ, ਸਾਧ ਕੀ ਟਹਿਰ ਸੰਤ ਸੰਗ ਹੇਤ। ਇੱਕ ਸ਼ਹਿਰੇ ਦਾ ਭਾਵ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਵੀ ਇਹ ਧਰਮੀ ਪੁਰਖ ਦੀਆਂ ਖੂਬੀਆਂ ਨੇ, ਧਰਮੀ ਦੀਆਂ ਨਿਸ਼ਾਨੀਆਂ ਨੇ, ਧਰਮੀ ਦਾ ਕੋਈ ਜੀਵਨ ਹੋਣਾ ਚਾਹੀਦਾ ਹੈ। ਤਾਂ ਹੀ ਮਹਾਰਾਜ ਨੇ ਜਦੋਂ ਧਰਮ ਦੀ ਡੈਫੀਨੇਸ਼ਨ ਦਿੱਤੀ, ਦੋ ਬਾਤਾਂ ਸਮਝਾਈਆਂ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਵਲ ਕਰਮ। ਧਰਮ ਕਿਹਨੂੰ ਕਹਿੰਦੇ ਨੇ? ਉਹ ਰੱਬੀ ਖੂਬੀਆਂ ਨੂੰ, ਚੰਗੇ ਗੁਣਾਂ ਨੂੰ ਧਾਰਨ ਕਰਨਾ, ਜਾਂ ਜਿਹੜਾ ਸਾਡਾ ਆਦਿ ਸੁਭਾਅ ਹੈ, ਸਭ ਤੋਂ ਪਹਿਲਾ ਸੁਭਾਅ ਸਾਡਾ, ਉਹਨੂੰ ਧਾਰਨ ਕਰਨਾ। ਜਿਹੜੀਆਂ ਪਰਤਾਂ ਇੱਥੇ ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਸੁਣ ਕੇ ਸਾਡੇ ਉੱਪਰ ਚੜ ਗਈਆਂ ਨਾ, ਉਹ ਪਰਤਾਂ ਨੂੰ ਮਿਟਣਾ, ਉਹ ਮੈਲ ਨੂੰ ਲਾਉਣਾ, ਉਹ ਜਿਹੜੇ ਟਿੱਬੇ ਜੰਮ ਗਏ ਆ ਨਾ, ਉਹਨਾਂ ਨੂੰ ਚੁੱਕ ਚੁੱਕ ਕੇ ਬਾਹਰ ਸੁੱਟਣਾ, ਇਹ ਧਰਮ ਦਾ ਕੰਮ ਹੈ। ਨਾਮ ਇਹੀ ਕਰੂਗਾ ਨਾ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੇ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸੋ
ਇਹ ਤਾਂ ਸੰਸਾਰ ਦੇ ਅੰਦਰ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ। ਕਹਿੰਦੇ ਜੀ ਵੀ ਜਿੰਨੀ ਵੀ ਲੜਾਈ ਦੁਨੀਆਂ 'ਤੇ ਹੋਈ ਹੈ ਇਹ ਧਰਮ ਨੇ ਕਰਾਈ ਹੈ। ਇਹ ਵਿਚਾਰ ਚੱਲਦਾ ਆ ਜਿਹੜੇ ਨਾਸਤਿਕ ਲੋਕ ਨੇ, ਕਾਮਰੇਡ ਲੋਕ ਨੇ, ਉਹ ਇਸ ਤਰ੍ਹਾਂ ਦਾ ਆਪਣਾ ਵਿਚਾਰ ਦਿੰਦੇ ਨੇ ਵੀ ਧਰਮ ਨੇ ਲੜਾਈਆਂ ਬਹੁਤ ਕਰਾਈਆਂ ਨੇ। ਧਰਮ ਕਦੇ ਵੀ ਲੜਾਈ ਨਹੀਂ ਕਰਾਉਂਦਾ। ਧਰਮ ਤਾਂ ਸਮਝਾਉਂਦਾ ਹੈ ਅਵਲ ਅਲਹਿ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਧਰਮ ਤਾਂ ਇਹ ਸਮਝਾਉਂਦਾ ਹੈ ਬਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਹਰ ਪੱਖ ਵਿੱਚ ਧਰਮ ਨੇ ਸਮਝਾਇਆ, ਸਿੱਖਾ ਤੇਰਾ ਆਰਥਿਕ ਪੱਖ ਕੀ ਹੋਵੇ ਉਹ ਵੀ ਦੱਸਿਆ ਪਾਤਸ਼ਾਹ ਜੀ ਨੇ। ਕੀ ਕਹਿੰਦੇ, ਰੁੱਖੀ ਮਿੱਸੀ ਖਾਏ ਕਹਿ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦੂਜੇ ਦੀ ਚੋਪੜੀ ਰੋਟੀ ਵੇਖ ਕੇ, ਮਤਲਬ ਦੂਜੇ ਦੇ ਪਦਾਰਥਾਂ ਵੱਲ ਵੇਖ ਕੇ ਆਪਣੇ ਮਨ ਨੂੰ ਲਲਚਾਇਆ ਨਾ ਕਰ, ਸਗੋਂ ਕਿਰਤ ਕਰਿਆ ਕਰ। ਫਿਰ ਬਚਨ ਮਿਲਦਾ ਹੈ ਕਹਿੰਦੇ, ਕਮਾ ਕੇ ਦੇ, ਆ ਕੇ ਦੇ ਤੇ ਛੁਪਾ ਕੇ ਦੇ। ਪੁਰਾਤਨ ਗੁਰਸਿੱਖ ਨਾ ਉਹਨਾਂ ਨੂੰ ਬਚਨ ਪੜ੍ਹਿਆ ਕਰਦੇ ਸੀ ਇਹ ਵੀ, ਕਮਾ ਕੇ ਦੇ, ਕਮਾਈ ਕਰ, ਨੇਕ ਕਮਾਈ ਧਰਮ ਦੀ ਕਿਰਤ। ਫਿਰ ਜੋ ਦੇਣਾ ਹੈ ਗੁਰੂ ਕੋਲ ਆ ਕੇ ਦੇ, ਤੇ ਆ ਕੇ ਵੀ ਜਦੋਂ ਦੇਣਾ ਫਿਰ ਛੁਪਾ ਕੇ ਦੇ। ਕਮਾ ਕੇ ਦੇ, ਆ ਕੇ ਦੇ, ਛੁਪਾ ਕੇ ਦੇ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਹ ਦੱਸਿਆ ਧਰਮੀ ਪੁਰਖਾਂ ਨੇ ਵੀ ਤੂੰ ਕਿਰਤ ਕਿਵੇਂ ਕਰਨੀ ਹੈ ਤੇ ਕਿਰਤ ਕਰਕੇ ਵਿਖਾਈ। ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੋ, ਖੱਡੀ ਬੁਣ ਰਹੇ ਨੇ ਉਹ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੋੜੇ ਬਣਾਉਂਦੇ ਨੇ, ਜੋੜੇ ਗੰਢ ਦੇ ਵੀ ਨੇ ਤੇ ਨਾਲ ਨਾਲ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਵੀ ਜੋੜਦੇ ਨੇ। ਭਗਤ ਨਾਮਦੇਵ ਜਿੱਥੇ ਬਾਹਰੋਂ ਕੱਪੜੇ ਰੰਗ ਰਹੇ ਨੇ ਲੋਕਾਂ ਦਾ ਜੀਵਨ ਵੀ ਰੰਗ ਦਿੰਦੇ ਨੇ। ਧੰਨਾ ਭਗਤ ਜੀ ਮਹਾਰਾਜ ਉਹ ਹਲ ਵਾਹ ਰਹੇ ਨੇ, ਖੇਤੀ ਕਰ ਰਹੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਤੇ ਉੱਥੇ ਫਿਰ 13-13 ਤੋਲਿਆ ਨਾ, ਕੀ ਕਿਹਾ ਸੀ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। 13 ਦੇ ਉੱਪਰੋਂ ਬਿੰਦੀ ਚੱਕੀ ਸੀ ਗੁਰੂ ਨਾਨਕ ਮਹਾਰਾਜ ਨੇ ਵੀ ਸਭ ਕੁਝ ਜੋ ਤੈਨੂੰ ਮਿਲ ਰਿਹਾ ਭਾਈ ਉਹਦੇ ਕਰਕੇ ਹੈ, ਤੇਰਾ ਤੇਰਾ ਦਾ ਸ਼ਬਦ ਮਹਾਰਾਜ ਨੇ ਸਾਨੂੰ ਦਿੱਤਾ, ਖੇਤੀ ਕਰਕੇ ਵਿਖਾਈ। ਸੋ ਫਿਰ ਆ ਸਾਡਾ ਰਾਜਨੀਤਿਕ ਪੱਖ, ਇਹਦੇ ਵਿੱਚ ਵੀ ਧਰਮ ਨੇ ਸੇਧ ਦਿੱਤੀ। ਪੜ੍ਹੋ ਜੀਵਨ ਮਹਾਰਾਜਾ ਰਣਜੀਤ ਸਿੰਘ ਜੀ ਦਾ, 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹੋ, ਕਿਹੋ ਜਿਹੇ ਰਾਜਨੀਤਿਕ ਸੀ ਉਹ। ਜੇ ਨਵਾਬੀ ਆਉਂਦੀ ਹੈ ਤੇ ਉਹ ਵਕਤ ਨਵਾਬ ਕਪੂਰ ਸਿੰਘ ਜੀ ਜਾਂ ਉਹ ਵਕਤ ਦੇ ਸਿਆਣੇ ਸਿਆਣੇ ਗੁਰਸਿੱਖ ਨਵਾਬੀ ਸਿੰਘਾਂ ਦੇ ਪੈਰਾਂ 'ਚ ਰੁੜ ਰਹੀ ਹੈ ਉਦੋਂ। ਧਰਮ ਨੇ ਪੂਰਨੇ ਪਾਇਆ ਨਾ। ਫਿਰ ਸਾਡਾ ਪਰਿਵਾਰਕ ਪੱਖ ਕਿਹੋ ਜਿਹਾ ਹੋਵੇ, ਸਮਾਜਿਕ ਪੱਖ, ਉਹ ਵੀ ਸਮਝਾਇਆ। ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਗੁੱਸਾ ਆ ਜਾਂਦਾ ਕਈ ਵਾਰੀ, ਕਹਿੰਦੇ ਵੀ ਮਨ 'ਤੇ ਹੰਢਾਇਆ ਨਾ ਕਰ, ਜੇ ਆ ਗਿਆ ਤਾਂ ਕੱਢ ਦੇ ਨਾਲ ਦੀ ਨਾਲ, ਗੁੱਸਾ ਮਨ 'ਤੇ ਨਾ ਰੱਖੀ।
ਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਤੇ ਮਿਲੂਗਾ ਕਿ ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ, ਤੂੰ ਰੋਗਾਂ ਤੋਂ ਬਚ ਜਾਏਗਾ। ਜੇ ਤੂੰ ਇਹ ਕਰੇਗਾ ਨਾ, ਰੋਗਾਂ ਤੋਂ ਬਚ ਜਾਏਗਾ। ਫਿਰ ਭੈਣ ਕਹੇ ਜੀ ਹੋਵੇ, ਬੜੋ ਜੀਵਨ ਬੇਬੇ ਨਾਨਕੀ ਦਾ। ਨੂੰਹ ਕਹੇ ਜੀ ਹੋਵੇ, ਬੀਬੀ ਅਮਰੋ, ਉਹਦਾ ਜੀਵਨ ਪੜ੍ਹੋ। ਅਤੇ ਨੂੰਹ ਅਤੇ ਸਹੁਰੇ ਦਾ ਰਿਸ਼ਤਾ ਕਿਹੋ ਜਿਹਾ ਹੋਵੇ, ਉਹ ਵੀ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਅਤੇ ਬੀਬੀ ਅਮਰੋ, ਜੀਵਨ ਪੜ੍ਹੋ। ਧੀ ਕਿਹੋ ਜਿਹੀ ਹੋਵੇ, ਬੀਬੀ ਭਾਨੀ ਦਾ ਜੀਵਨ ਪੜ੍ਹੋ। ਦਾਦੀ ਕਿਹੋ ਜਿਹੀ ਹੋਵੇ, ਮਾਤਾ ਗੁਜਰ ਕੌਰ ਦਾ ਜੀਵਨ ਪੜ੍ਹੋ। ਪੁੱਤ ਕਿਹੋ ਜਿਹਾ ਹੋਵੇ, ਗੁਰੂ ਅਰਜਨ ਮਹਾਰਾਜ ਦਾ ਜੀਵਨ ਪੜ੍ਹੋ। ਦੱਸਿਆ ਨਾ, ਹਰ ਪੱਖ 'ਚ ਧਰਮ ਸਾਨੂੰ ਸੇਧ ਦੇ ਰਿਹਾ। ਸਾਡਾ ਸਮਾਜਿਕ ਪੱਖ, ਰਾਜਨੀਤਿਕ ਪੱਖ, ਧਾਰਮਿਕ ਪੱਖ ਅਤੇ ਜਾਂ ਫਿਰ ਆਰਥਿਕ ਪੱਖ ਕਿਹੋ ਜਿਹਾ ਹੋਵੇ, ਹਰ ਪੱਖ ਵਿੱਚ ਧਰਮ ਨੇ ਸੇਧ ਦਿੱਤੀ। ਸੋ ਸਾਨੂੰ ਕਦੇ ਕਹਿਣਾ ਨਹੀਂ ਚਾਹੀਦਾ ਵੀ ਧਰਮ ਲੜਾਈ ਕਰਾਉਂਦਾ। ਨਹੀਂ, ਇੱਕ ਗੱਲ ਕਿਹਾ ਕਰੋ, ਆਦ ਕਾਲ ਤੋਂ ਨੇਕੀ ਅਤੇ ਬਦੀ ਦੀ ਲੜਾਈ ਹੋ ਰਹੀ ਹੈ। ਇੱਕ ਪਾਸੇ ਨੇਕੀ ਹੈ, ਦੂਜੇ ਪਾਸੇ ਬਦੀ ਹੈ। ਪਹਿਲਾਂ ਵੀ ਇਹ ਲੜਾਈ ਹੁੰਦੀ ਸੀ, ਅੱਜ ਵੀ ਹੋ ਰਹੀ, ਅੱਗੋਂ ਤੋਂ ਵੀ ਹੋਵੇਗੀ। ਆਦਿ ਕਾਲ ਤੋਂ ਸੱਚ ਅਤੇ ਝੂਠ ਦੀ ਲੜਾਈ ਹੋ ਰਹੀ ਹੈ। ਪਰ ਇੱਕ ਗੱਲ ਪੱਕੀ ਹੈ, ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ। ਅਤੇ ਪਾਤਸ਼ਾਹ ਜੀ ਅੱਜ ਧਰਮੀ ਬੰਦੇ ਦੀਆਂ ਖੂਬੀਆਂ ਦੱਸਦੇ ਨੇ, ਲੱਛਣ ਦੱਸਦੇ ਨੇ, ਨਿਸ਼ਾਨੀਆਂ ਦੱਸਦੇ ਨੇ। ਕਹਿੰਦੇ ਭਾਈ, ਧਰਮੀ ਉਹ ਨਹੀਂ ਹੁੰਦਾ ਜਿਹੜਾ ਧਰਮ ਦਾ ਬਾਣਾ ਪਾ ਲਏ, ਧਰਮ ਦੇ ਚਿੰਨ੍ਹ ਧਾਰਨ ਕਰ ਲਏ, ਤਾਂ ਫਿਰ ਧਰਮੀ ਕੌਣ ਹੁੰਦਾ, ਉਹਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਅਸਾਂ ਨੂੰ ਉਹ ਸਮਝਾ ਰਹੇ ਆ। ਆਓ ਪਹਿਲੀ ਤੁਕ ਤੋਂ ਪਾਵਨ ਬਚਨ ਨੂੰ ਨਾਲ ਲੈ ਕੇ ਚੱਲੀਏ। ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ, ਸਤਨਾਮ ਸ੍ਰੀ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪਹਿਲੀ ਖੂਬੀ ਹੈ ਨਹਿ ਬਿਲੰਬ ਧਰਮੰ। ਕਹਿੰਦੇ ਧਰਮ ਦੇ ਕਾਰਜ ਕਰਨ ਲੱਗੇ ਹਾਂ, ਭਲਾ ਕਰਨ ਲੱਗੇ ਹਾਂ, ਪਰਉਪਕਾਰ ਕਰਨ ਲੱਗੇ ਹਾਂ, ਨੇਕੀ ਕਰਨ ਲੱਗੇ ਹਾਂ, ਦੂਜੇ ਦੇ ਕੰਮ ਆਉਣ ਲੱਗੇ ਹਾਂ, ਸੇਵਾ ਕਰਨ ਲੱਗੇ ਹਾਂ, ਸਿਮਰਨ ਕਰਨ ਲੱਗੇ ਹਾਂ, ਨਿਤਨੇਮ ਕਰਨ ਲੱਗੇ ਹਾਂ, ਬਾਣੀ ਪੜ੍ਹਨ ਲੱਗੇ ਹਾਂ, ਦੇਰੀ ਨਾ ਲਾਓ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਦੇਰੀ ਲਾਉਣੀ ਹੈ ਤਾਂ ਮਾੜੇ ਪਾਸੇ ਤੁਰਨ ਲੱਗੇ ਹਾਂ, ਪਾਪ ਕਰਨ ਲੱਗੇ ਹਾਂ, ਦੇਰੀ ਲਾਓ। ਮਤਲਬ ਸੋਚੋ, ਬਾਰ ਬਾਰ ਸੋਚੋ, ਪਰ ਜਦੋਂ ਚੰਗਾ ਕਰਨਾ ਹੋਵੇ ਫਿਰ ਬਾਰ ਬਾਰ ਨਾ ਸੋਚੋ, ਨਾਲ ਦੀ ਨਾਲ ਕੰਮ ਸ਼ੁਰੂ ਕਰ ਲਓ। ਬੰਦੇ ਦਾ ਸੁਭਾਅ ਕੀ ਹੈ, ਚੰਗਿਆਈ ਆਲਕ ਕਰੇ। ਆਲਕ ਆਲਸ ਨੂੰ ਕਹਿੰਦੇ ਨੇ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਬੁਰੇ ਕੰਮਾਂ ਲਈ ਜਿਹੜਾ ਮਨੁੱਖ ਹੈ ਸ਼ੇਰ ਬਣਿਆ ਹੋਇਆ, ਮਤਲਬ ਐਨ ਬੜੇ ਉੱਦਮ ਦੇ ਨਾਲ ਭੱਜ ਕੇ ਜਾਂਦਾ ਉੱਧਰ ਨੂੰ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ੍ਹ ਆਪਸੀ ਗਾਫਲ ਫਾਹੀ ਪੇਰ। ਫਿਰ ਬਚਨ ਆਉਂਦਾ, ਕਹਿੰਦੇ ਸਾਰੋ ਦਿਨ ਸਮਜ਼ੂਰੀ ਕਰੈ। ਬੰਦਾ ਸਾਰੀ ਦਿਹਾੜੀ ਕੰਮ ਧੰਦੇ ਆਪਣੇ ਲਈ ਪਰਿਵਾਰ ਲਈ ਭੱਜਿਆ ਨੱਠਿਆ ਫਿਰਦਾ, ਸਾਰੋ ਦਿਨ ਸਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ।
ਜਦੋਂ ਰੱਬ ਨੂੰ ਯਾਦ ਕਰਨ ਦਾ ਵੇਲਾ ਵੇਲਾ ਤਾਂ ਵੈਸੇ ਹਰ ਵਕਤ ਹੀ ਯਾਦ ਕਰੋ, ਪਰ ਦੋ ਸਮੇਂ ਤਾਂ ਜ਼ਰੂਰੀ ਕਰਦੇ ਨਾ ਸਿੱਖ ਲਈ, ਜਦੋਂ ਸੰਧਿਆ ਹੁੰਦੀ ਹੈ ਸਵੇਰੇ ਵੀ, ਅੰਮ੍ਰਿਤ ਵੇਲੇ ਸ਼ਾਮ ਨੂੰ ਵੀ। ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਕਹਿੰਦੇ ਐਂ ਪੈ ਜਾਂਦਾ ਬਿਸਤਰੇ 'ਤੇ ਵੀ ਜਿਵੇਂ ਪਹਾੜ ਸਿਰ 'ਤੇ ਰੱਖਿਆ ਹੋਵੇ, ਇਹਦੇ ਸਿਰ ਹੀ ਨਹੀਂ ਚੱਕਦਾ, ਉੱਠਦੇ ਹੀ ਨਹੀਂ। ਸਾਰੋ ਦਿਨ ਸਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਅਤੇ ਕਰਨਾ ਕੀ ਹੈ? ਪਾਤਸ਼ਾਹ ਕਹਿੰਦੇ ਜਿਹੜੇ ਉੱਦਮ ਕਰਦੇ ਹਨ, ਨਾ ਤਾਂ ਬਾਹਰੋਂ ਘਾਟਾ ਰਹਿੰਦਾ ਮਾਇਆ ਦਾ, ਪਦਾਰਥਾਂ ਦਾ, ਸਹੂਲਤਾਂ ਦਾ, ਅਤੇ ਨਾ ਅੰਦਰੋਂ ਰਹਿੰਦਾ। ਉਦੋ ਸਾਹਿ ਗਿਆਨੀ ਸਾਨੀ ਟੋਟ ਨਾ ਆਵੇ ਅੰਨੀ, ਅੰਨ ਦੀ, ਪਦਾਰਥ ਦੀ, ਸਹੂਲਤਾਂ ਦੀ ਉੱਦਮੀ ਲੋਕਾਂ ਨੂੰ ਕੋਈ ਟੋਟ ਨਹੀਂ ਰਹਿੰਦੀ। ਅਤੇ ਇੱਕ ਪਾਸੇ ਮਹਾਰਾਜ ਕੀ ਕਹਿੰਦੇ, ਉੱਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਜ। ਕਹਿੰਦੇ ਜੇ ਬਾਹਰੋਂ ਉੱਦਮ ਕਰੇਗਾ ਕਿਰਤ ਕਰਨ ਦਾ, ਤਾਂ ਮਾਇਆ ਦਾ ਕੋਈ ਘਾਟਾ ਨਹੀਂ ਪਦਾਰਥਾਂ ਦਾ। ਇਸੇ ਤਰ੍ਹਾਂ ਜੇ ਰੱਬ ਨੂੰ ਯਾਦ ਕਰਨ ਲਈ, ਨੇਕੀ ਕਰਨ ਲਈ, ਇਨਸਾਨੀਅਤ ਦੇ ਗੁਣਾਂ ਨੂੰ ਕਮਾਉਣ ਲਈ ਉੱਦਮ ਕਰੇਗਾ, ਧਿਆਏ ਧਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ, ਫਿਰ ਇਹ ਮਿਲੇਗਾ। ਤਾਂ ਕਰਕੇ ਮਹਾਰਾਜ ਨੇ ਇੱਕ ਸ਼ਬਦ ਦਿੱਤਾ ਸੀ ਸਿੰਘ, ਪਿਛਲੇ ਦਿਨਾਂ ਵਿੱਚ ਵੀ ਆਪਾਂ ਵਿਚਾਰਿਆ। ਇੱਕ ਤਾਂ ਸਿੰਘ ਦਾ, ਸ਼ੇਰ ਦਾ ਇਹ ਗੁਣ ਹੁੰਦਾ ਵੀ ਸ਼ੇਰ ਗੁਲਾਮ ਨਹੀਂ ਹੁੰਦਾ ਕਿਸੇ ਦਾ। ਤਿੰਨ ਸ਼ਬਦ ਆ ਨਾ ਸਾਡੇ ਘਰ ਦੇ, ਭੁਚੰਗੀ, ਨਿਹੰਗ ਅਤੇ ਸਿੰਘ। ਭੁਚੰਗੀ ਸੱਪ ਨੂੰ ਕਹਿੰਦੇ ਨੇ, ਪੁਰਾਤਨ ਬੋਲੇ ਪੜ੍ਹੋ ਸਿੰਘਾਂ ਦੇ, ਉਹ ਕਦੇ ਇਹ ਨਹੀਂ ਸੀ ਕਹਿੰਦੇ ਵੀ ਮੇਰੇ ਘਰ ਦੇ ਵਿੱਚ ਇੱਕ ਪੁੱਤ ਹੈ, ਧੀ ਹੈ, ਜਾਂ ਮੁੰਡਾ ਜਾਂ ਕੁੜੀ ਹੈ। ਵੈਸੇ ਤਾਂ ਮੁੰਡਾ ਅਤੇ ਕੁੜੀ ਸ਼ਬਦ ਗੁਰਮਤਿ ਦੇ ਹੈ ਨਹੀਂ, ਇਹ ਧਿਆਨ ਦਿਓ। ਮੁੰਡਾ ਕਿਹਨੂੰ ਕਹਿੰਦੇ ਨੇ? ਜਿਹਨੇ ਮੁੰਡਨ ਕਰਾਇਆ ਹੋਵੇ। ਅਤੇ ਕੁੜੀ ਕਿਹਨੂੰ ਕਹਿੰਦੇ ਨੇ? ਮਾਤਾਵਾਂ, ਭੈਣੀਆਂ, ਭੈਣਾਂ ਬੈਠੀਆਂ ਸਤਿਕਾਰਯੋਗ, ਗੌਰ ਕਰਨ ਮੇਰੀ ਬੇਨਤੀ ਵੱਲ, ਕੁੜੀ ਕਿਹਨੂੰ ਕਹਿੰਦੇ ਸੀ ਜੀ? ਇਹ ਕੂੜੇ ਸ਼ਬਦ ਤੋਂ ਨਿਕਲਿਆ ਹੋਇਆ ਸ਼ਬਦ ਹੈ ਕੂੜਾ, ਅਤੇ ਕੂੜੇ ਦੀ ਜਗ੍ਹਾ ਕੀ ਹੁੰਦੀ ਹੈ? ਘਰ ਤੋਂ ਬਾਹਰ ਰੂੜੀਆਂ, ਇੱਥੋਂ ਨਿਕਲਿਆ ਸੀ ਇਹ ਸ਼ਬਦ, ਰੂੜੀਵਾਦੀ ਸ਼ਬਦ ਹੈ ਇਹ, ਕੁੜੀ ਕੂੜੇ ਤੋਂ ਬਣਿਆ ਹੋਇਆ ਸ਼ਬਦ ਹੈ। ਜਦ ਤੁਸੀਂ ਕੋਸ਼ ਚੱਕ ਕੇ ਪੜ੍ਹੋਗੇ ਪੁਰਾਣੇ, ਤੁਹਾਨੂੰ ਸਾਰਾ ਕੁਛ ਪਤਾ ਲੱਗੂ ਵੀ ਕਿੱਥੋਂ ਨਿਕਲੇ ਨੇ ਸ਼ਬਦ। ਸਾਡੇ ਘਰ ਦਾ ਸ਼ਬਦ ਕੀ ਹੈ ਫਿਰ? ਭੁਚੰਗੀ, ਭੁਚੰਗਣ, ਵੈਸੇ ਤਾਂ ਇਹ ਹੈ, ਜਾਂ ਫਿਰ ਧੀ ਕਹੋ, ਬੇਟੀ ਕਹੋ, ਸਪੁੱਤਰੀ ਕਹੋ, ਕਿਉਂਕਿ ਸ਼ਬਦਾਂ ਦਾ ਵੀ ਆਪੋ ਆਪਣਾ ਵਿਗਿਆਨ ਹੁੰਦਾ ਹੈ। ਹੁਣ ਕਹੇ ਜੀ ਇਹਦੇ ਇਹ ਕਹਿਣ ਨਾਲ ਕੀ ਹੋ ਜਾਊਗਾ? ਨਹੀਂ ਨਹੀਂ, ਐਸਾ ਨਹੀਂ ਹੁੰਦਾ। ਹਰੇਕ ਸ਼ਬਦ ਆਪੋ ਆਪਣਾ ਅਰਥ ਵੀ ਰੱਖਦਾ, ਹਰੇਕ ਸ਼ਬਦ ਆਪੋ ਆਪਣਾ ਅਸਰ ਵੀ ਰੱਖਦਾ, ਅਸਰ ਹੈ ਹਰੇਕ ਸ਼ਬਦ ਦਾ। ਭੁਚੰਗੀ ਸੱਪ ਨੂੰ ਕਹਿੰਦੇ ਨੇ, ਇੱਕ ਸ਼ਬਦ ਹੈ ਨਿਹੰਗ, ਨਿਹੰਗ ਕਿਹਨੂੰ ਕਹਿੰਦੇ ਨੇ ਜੀ? ਮਗਰਮੱਛ ਨੂੰ, ਸਿੰਘ ਸ਼ੇਰ ਨੂੰ। ਇਹ ਜਿਹੜੇ ਤਿੰਨੇ ਜੀਵ ਹਨ, ਸੱਪ ਹੋਵੇ, ਮਗਰਮੱਛ ਹੋਵੇ, ਸ਼ੇਰ ਹੋਵੇ, ਇਹ ਪਾਲਤੂ ਨਹੀਂ ਹੁੰਦੇ। ਲੋਕ ਘਰਾਂ 'ਚ ਕੁੱਤੇ ਅਤੇ ਬਿੱਲੀਆਂ ਤਾਂ ਪਾਲਦੇ ਨੇ, ਅੱਜ ਤੱਕ ਸੁਣਿਆ ਵੀ ਸ਼ੇਰ ਪਾਲਿਆ ਹੋਵੇ ਕਿਸੇ ਨੇ ਘਰ 'ਚ, ਮਗਰਮੱਛ ਪਾਲਿਆ ਹੋਵੇ, ਸੱਪ ਪਾਲਿਆ ਹੋਵੇ, ਕਦੇ ਵੀ ਨਹੀਂ। ਇਸੇ ਤਰ੍ਹਾਂ ਜਿਹੜਾ ਸਿੰਘ ਹੁੰਦਾ ਹੈ, ਸਿੰਘ ਤਾਂ ਕੇਵਲ ਗੁਰੂ ਤੋਂ ਹੀ ਮੰਗਦਾ ਆ ਕੇ, ਇੱਥੋਂ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਇਹ ਤਾਂ ਇੱਥੋਂ ਹੀ ਮੰਗਦਾ ਹੈ। ਇਹ ਦੂਜੇ ਦੇ ਟੁੱਕੜਾਂ 'ਤੇ ਪਲਣ ਵਾਲਾ ਨਹੀਂ, ਵੀ ਕਦੇ ਕਿਤੇ ਚਲਾ ਗਿਆ, ਕਦੇ ਕਿਤੇ ਚਲਾ ਗਿਆ,
ਤੇ ਫਿਰ ਆਪਣੇ ਆਪ ਨੂੰ ਸਿੰਘ ਵੀ ਕਹਾਵੇ? ਨਹੀਂ, ਉਹਨੂੰ ਸੋਚਣਾ ਚਾਹੀਦਾ ਫਿਰ। ਤਾਂ ਇਹ ਤਿੰਨੇ ਸ਼ਬਦ ਨੇ ਪਾਲਤੂ ਨਹੀਂ ਹੁੰਦੇ। ਦੂਸਰਾ, ਜਿਹੜਾ ਸ਼ੇਰ ਹੁੰਦਾ ਹੈ ਨਾ, ਇਹ ਚੇਤੰਨ ਬਹੁਤ ਹੁੰਦਾ, ਬੜਾ ਉੱਦਮੀ, ਬੜਾ ਅਹਿਸਾਸ ਹੈ ਇਹਦੇ ਵਿੱਚ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੰਘ ਹੈ, ਇਹ ਉੱਦਮੀ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਸਿੱਖ ਦੇ ਗੁਣ ਲਿਖਿਆ ਨਾ, ਉਹ ਸ਼ਬਦ ਤੁਹਾਡੀ ਰਸਨਾ 'ਤੇ ਰਹਿੰਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੇ ਕੋਈ ਕਹਾਉਂਦਾ ਆਪਣੇ ਆਪ ਨੂੰ ਵੀ ਮੈਂ ਗੁਰੂ ਦਾ ਸਿੱਖਾਂ, ਤਾਂ ਫਿਰ ਆਹ ਗੱਲਾਂ ਜ਼ਰੂਰ ਨੋਟ ਕਰੇ ਉਹ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰਨਾਮ ਧਿਆਵੈ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਸਾਡੇ ਉੱਦਮ ਦੀਆਂ ਐਸੀਆਂ ਐਸੀਆਂ ਗਥਾਵਾਂ ਨੇ ਜਿਹਨੂੰ ਪੜ੍ਹ ਕੇ ਸੁਣ ਕੇ ਰੋਂਗਟੇ ਖੜ੍ਹੇ ਹੋ ਜਾਂਦੇ ਆ। ਅੱਜ ਤੱਕ ਸਿੱਖਾਂ ਦਾ ਇੱਕ ਜੋਕ ਬਣਾਇਆ ਹੋਇਆ ਜੀ, ਕਿਹੜਾ? ਕਹਿੰਦੇ ਇਹਨਾਂ ਦੇ 12 ਵੱਜ ਗਏ ਸਿੰਘਾਂ ਦੇ। ਆ ਪਿੱਛੇ ਜੇ ਨਾ ਦਿੱਲੀ ਦੀ ਧਰਤੀ 'ਤੇ ਕਿਰਨ ਬੇਦੀ ਨੇ, ਉਹ ਬੀਬੀ ਦਾ ਨਾਮ ਸੁਣਿਆ ਹੋਣਾ ਤੁਸੀਂ, ਕਿਰਨ ਬੇਦੀ ਨੇ ਬਿਆਨ ਦਿੱਤਾ ਸੀ, ਜੋਕ ਕੀਤਾ ਮਖੌਲ ਸਿੰਘਾਂ ਨੂੰ, ਸਿੱਖਾਂ ਨੂੰ, ਵੀ ਇਹਨਾਂ ਦੇ 12 ਵੱਜ ਗਏ। 12 ਕਦੋਂ ਵੱਜਦੇ ਹੁੰਦੇ ਸੀ ਸਾਡੇ? ਜਦੋਂ ਹਿੰਦੁਸਤਾਨ ਦੀ ਅਜ਼ਮਤ ਨੂੰ ਬਾਹਰਲੇ ਲੁਟੇਰੇ ਇਰਾਨੀ, ਦੁਰਾਨੀ, ਅਫਗਾਨੀ ਜਿਹੜੇ ਵੀ ਚੜ੍ਹ ਕੇ ਆਉਂਦੇ ਸੀ ਨਾ, ਇੱਥੋਂ ਦੀਆਂ ਬੱਚੀਆਂ ਨੂੰ, ਧੀਆਂ ਨੂੰਹਾਂ ਨੂੰ ਲੈ ਜਾਂਦੇ ਸੀ ਗਜਨੀ ਦੇ ਬਾਜ਼ਾਰ 'ਚ। ਅੱਜ ਵੀ ਉੱਥੇ ਇੱਕ ਬਾਜ਼ਾਰ ਹੈ, ਜਿਵੇਂ ਬਾਜ਼ਾਰਾਂ ਦੇ ਨਾਮ ਹੁੰਦੇ ਨੇ, ਅਤੇ ਉਹ ਬਾਜ਼ਾਰ ਦਾ ਨਾਮ ਹੈ ਟਕਾ ਬਾਜ਼ਾਰ, ਟਕਾ ਬਾਜ਼ਾਰ ਉਹਦਾ ਨਾਮ ਹੈ ਗਜਨੀ ਅੱਜ ਵੀ ਆ। ਉਸ ਬਾਜ਼ਾਰ ਵਿੱਚ ਸਬਜ਼ੀਆਂ, ਉੱਥੇ ਕੱਪੜੇ, ਫਲ, ਫਿਰ ਪੈਰਾਂ 'ਚ ਪਾਉਣ ਵਾਲੇ ਬੂਟ ਚੱਪਲਾਂ, ਇਹ ਮਹਿੰਗੀਆਂ ਵਿਕਦੀਆਂ ਸੀ, ਪਰ ਹਿੰਦੁਸਤਾਨ ਦੀਆਂ ਬੱਚੀਆਂ ਸਸਤੀਆਂ ਵਿਕਦੀਆਂ ਸੀ। ਮਤਲਬ ਟਕੇ ਟਕੇ 'ਤੇ ਮੁੱਲ ਪੈਂਦੇ ਸੀ। ਪਰ ਉਹ ਵਕਤ, ਦੂਜਾ ਪਾਸਾ ਇਹ ਵੀ ਪੜ੍ਹ ਲਓ, ਸਿੰਘਾਂ ਦੇ ਸਿਰਾਂ ਦੇ ਮੁੱਲ 80-80 ਰੁਪਏ ਪੈਂਦੇ ਸੀ। ਬਰਾਬਰ ਰੱਖ ਕੇ ਦੇਖੇ ਦੋਵਾਂ ਨੂੰ। ਜਿਹੜੀ ਹਿੰਦੁਸਤਾਨ ਦੀ ਅਜ਼ਮਤ ਹੈ, ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ 'ਤੇ ਵਿਕਦੀ ਹੈ, ਪਰ ਸਿੰਘਾਂ ਦੇ ਜਿਹੜੇ ਸਿਰ ਸੀ, 80-80 ਰੁਪਏ ਮੁੱਲ ਪੈ ਰਿਹਾ ਉਹ ਵਕਤ ਦਾ, ਅੱਜ ਵਾਲਾ ਨਹੀਂ ਆ। ਕਿਉਂ? ਕਿਉਂਕਿ ਆਹ ਜਿਹੜਾ ਸਿਰ ਹੈ ਨਾ ਸਾਡਾ ਸਿੱਖ ਦਾ, ਇਸ ਸਿਰ ਦੇ ਵਿੱਚ ਸੱਚ ਸੀ, ਨਿਰਭੈਤਾ, ਨਿਡਰਤਾ, ਸਵੈਮਾਨ, ਜਜ਼ਬਾ, ਚੜ੍ਹਦੀ ਕਲਾ, ਗੁਰੂ ਦਾ ਪਿਆਰ, ਦੂਜੇ ਦਾ ਭਲਾ ਕਰਨਾ, ਪਾਰੋਪਕਾਰ ਕਰਨਾ, ਜ਼ੁਲਮ ਦੇ ਖਿਲਾਫ ਖੜ੍ਹ ਜਾਣਾ, ਇਹ ਸਾਰਾ ਕੁਝ ਸਿੱਖ ਦੇ ਸਿਰ 'ਚ ਸੀ। ਇੱਥੇ ਉਹ ਫਿਰ ਸਿਰ ਦਾ ਮੁੱਲ ਕਿੰਨਾ ਕਿੰਨਾ ਪਿਆ? 80-80 ਰੁਪਏ ਮੁੱਲ ਪੈ ਗਿਆ ਉਹ ਵਕਤ। ਔਰ ਐਸਾ ਵੀ ਸੀ ਉਹ ਵਕਤ, ਕਈ ਕੀ ਕਰਦੇ ਸੀ ਨਾ, ਬੱਚੀਆਂ ਦੇ ਸਿਰ ਵੀ ਲੈ ਜਾਂਦੇ ਸੀ ਕੱਟ ਕੇ, ਬੱਚੀਆਂ ਦੇ, ਕਹਿੰਦੇ ਜੀ ਆਹ ਪਚੰਗੀ ਹੈ, ਕੀ ਪਤਾ ਲੱਗਣਾ ਵੀ ਲੜਕਾ ਜਾਂ ਲੜਕੀ, ਉਹਨਾਂ ਦੇ ਵੀ ਕੱਟ ਕੇ ਲੈ ਜਾਣੇ, ਉਹਨਾਂ ਨੇ ਪੈਸੇ ਲੈ ਲੈਣੇ। ਹੁਣ ਇੱਕ ਪਾਸੇ ਟਕਾ ਟਕਾ,
ਇੱਕ ਪਾਸੇ 80-80 ਰੁਪਏ, ਇਹ ਵੀ ਸਮਾਂ ਸੀ। ਹੁਣ ਸਿੰਘਾਂ ਦੇ 12 ਕਦੋਂ ਵੱਜਦੇ ਸੀ? ਜਦੋਂ ਜਰਬਾਣੇ ਉਹ ਧੀਆਂ ਨੂੰ ਬੱਚੀਆਂ ਨੂੰ ਲੈ ਕੇ ਜਾਂਦੇ ਸੀ, ਆ ਕੇ ਰਾਤ ਨੂੰ ਜਦੋਂ ਨਸ਼ੇ 'ਚ ਧੁੱਤ ਹੁੰਦੇ ਸੀ ਨਾ, ਉਦੋਂ ਉਹਨਾਂ ਨੂੰ ਦਬੋਚਦੇ ਸੀ ਆ ਕੇ ਉੱਪਰ। ਇੰਨੇ ਉਹ ਦਿਨ 'ਚ ਨਹੀਂ ਸੀ ਡਰਦੇ ਸਿੰਘਾਂ ਤੋਂ ਜੁਰਬਾਣੇ, ਜਿਹਨੇ ਰਾਤ ਨੂੰ ਡਰਦੇ ਸੀ, ਕਹਿੰਦੇ ਕੀ ਪਤਾ ਕਿੱਧਰੋਂ ਆ ਜਾਣਾ। ਉਦੋਂ ਕਹਿੰਦੇ ਸੀ ਸਿੰਘਾਂ ਦੇ 12 ਵੱਜ ਗਏ। ਤਾਂ ਜਦੋਂ ਵੀ ਇਹ ਕੋਈ ਤੁਹਾਨੂੰ ਕਹਿੰਦਾ ਖੁਸ਼ ਹੋ ਜਾਇਆ ਕਰੋ, ਉਹਨੂੰ ਕਿਹਾ ਕਰੋ ਵੀ ਦੋ ਵਾਰੀ ਹੋਰ ਬੋਲ, ਚੱਲ ਦੋ ਵਾਰੀ ਹੋਰ ਕਹਿ ਵੀ ਸਿੰਘਾਂ ਦੇ 12 ਵੱਜ ਗਏ। ਸੁਣ ਕੇ ਫਿਰ ਉਹਨੂੰ ਕੋਲ ਬਿਠਾ ਕੇ ਦੱਸਿਆ ਕਰੋ ਵੀ ਸਾਡੇ 12 ਕਦੋਂ ਵੱਜਦੇ ਸੀ। ਹੋਰ ਸੁਣੋ, ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਘੱਲਿਆ ਸੀ ਥਾਪੜਾ ਦੇ ਕੇ, ਉਹਨਾਂ ਵਿੱਚ ਇੱਕ ਭਾਈ ਬਾਜ ਸਿੰਘ ਸੀ, ਅੰਮ੍ਰਿਤਸਰ ਸਾਹਿਬ ਦਾ ਸੀ ਉਹ ਇਲਾਕੇ ਦਾ। ਸੱਜੇ ਪਾਤਸ਼ਾਹ ਜੀ ਦੀ ਸੰਗਤ ਕੀਤੀ ਸੀ 10ਵੇਂ ਪਾਤਸ਼ਾਹ ਦੀ ਉਹਨੇ, ਭਾਈ ਬਾਜ ਸਿੰਘ ਨੇ ਵਿੱਚ ਉਹ ਵੀ ਸੀ। ਜਦੋਂ ਚਿੱਪੜਚਿੜੀ ਦੇ ਮੈਦਾਨ 'ਤੇ ਟਾਕਰਾ ਹੋਇਆ ਉਹਨੇ ਵੀ ਜੌਹਰ ਵਿਖਾਏ ਸੀ, ਅਤੇ ਉਹਦੇ ਜੌਹਰ ਵੇਖ ਕੇ ਲੋਕ ਮੂੰਹਾਂ 'ਚ ਉਂਗਲਾਂ ਪਾ ਲੈਂਦੇ ਸੀ। ਅਤੇ ਜਦੋਂ ਗੁਰਦਾਸ ਨੰਗਲ ਦੀ ਗੜੀ ਤੋਂ 1715 ਵਿੱਚ ਸਿੰਘ ਪਕੜੇ ਗਏ, ਉਹਦਾ ਵੀ ਇੱਕ ਕਾਰਨ ਸੀ ਉੱਧਰ ਨੂੰ ਨਾ ਜਾਈਏ, ਤਾਂ ਇਹਨਾਂ ਨੂੰ ਜੀ ਦਿੱਲੀ ਲੈ ਗਏ ਪਕੜ ਕੇ ਗ੍ਰਿਫਤਾਰ ਕਰਕੇ, ਜਿਨ੍ਹਾਂ ਦੀ ਗਿਣਤੀ ਇਤਿਹਾਸਕਾਰਾਂ ਨੇ ਲਿਖੀ ਹੈ 740। ਹੁਣ ਸਾਰੇ ਕੈਦ ਨੇ, 100-100 ਦਾ ਕਤਲ ਸ਼ਹੀਦੀ ਹਰ ਰੋਜ਼ ਹੋਣ ਲੱਗ ਗਈ। ਤਾਂ ਫਰਕਸ਼ੀਅਰ ਵੇਖਦਾ ਬੈਠਾ, ਉਹ ਕਹਿੰਦਾ ਵੀ ਤੁਹਾਡੇ 'ਚੋਂ ਬਾਜ ਸਿੰਘ ਕੌਣ ਆ ਬਈ? ਬਾਜ ਸਿੰਘ ਇਹ ਅੰਦਰ ਹੀ ਬੋਲਦਾ ਪਿੰਜਰੇ 'ਚੋਂ ਬੈਠਾ ਬੈਠਾ, ਕਹਿੰਦਾ ਵੀ ਮੇਰੇ ਵੱਲ ਦੇਖ ਬਾਜ ਸਿੰਘ ਆ ਇੱਧਰ। ਕਲਗੀਧਰ ਦਸ਼ਮੇਸ਼ ਪਿਤਾ ਨੇ ਆਪਣੇ ਪਾਵਨ ਹੱਥਾਂ 'ਤੇ ਜਿਹੜਾ ਬਾਜ ਬਿਠਾਉਂਦੇ ਸੀ ਨਾ, ਉਹ ਬਾਜ ਤੋਂ ਮੇਰਾ ਨਾਮ ਰੱਖਿਆ ਹੋਇਆ, ਫਰਕਸ਼ੀਅਰ ਨੂੰ ਕਹਿ ਰਿਹਾ। ਅਤੇ ਜਦੋਂ ਕਹਿ ਰਿਹਾ ਸੀ ਕੋਈ ਵੀ ਉਹਦੇ ਮਨ 'ਚ ਖੌਫ ਨਹੀਂ, ਕੋਈ ਡਰ ਨਹੀਂ, ਉਹ ਕਹਿੰਦਾ ਬਾਜ ਸਿੰਘ ਇੱਧਰ ਹੈ। ਕਹਿੰਦਾ ਠੀਕ ਆ। ਕਹਿੰਦਾ ਵੀ ਤੇਰੇ ਕਾਰਨਾਮੇ ਬਹੁਤ ਸੋਹਣੇ ਨੇ, ਮੈਂ ਵੀ ਤੂੰ ਬੜਾ ਉੱਦਮੀ ਹੈ, ਸਾਹਸੀ ਹੈ, ਡਰਪੈ ਹੈ। ਉਹ ਕਹਿੰਦਾ ਦਿਖਾਏਗਾ ਕੁਝ? ਬਾਜ ਸਿੰਘ ਹੱਸਿਆ, ਪਿੰਜਰੇ 'ਚ ਕੈਦ ਸੀ ਉਦੋਂ, ਹੱਸ ਪਿਆ ਉਹ। ਕਹਿੰਦਾ ਫਰਕਸ਼ੀਅਰ ਹੋਵੇ ਤੂੰ ਹੁਕਮਰਾਨ, ਪਰ ਤੂੰ ਗੱਲ ਕਿਹੋ ਜਿਹੀ ਕਰ ਰਿਹਾ? ਪੈਰਾਂ 'ਚ ਮੇਰੇ ਬੇੜੀਆਂ ਪਾਤੀਆਂ, ਹੱਥਾਂ 'ਚ ਹੱਥ ਕੱਢੀਆਂ, ਸਰੀਰ ਨੂੰ ਪਾਤਾ ਲੋ ਪਿੰਜਰੇ 'ਚ, ਅਤੇ ਵੇਖਣਾ ਚਾਹੁੰਦਾ ਜੌਹਰ ਮੇਰੇ, ਜੇ ਵੇਖਣੇ ਤਾਂ ਕੱਢ ਬਾਹਰ। ਫਰਕਸ਼ੀਅਰ ਕਹਿੰਦਾ ਬਾਹਰ ਤਾਂ ਕੱਢ ਲਓ, ਪਰ ਇਹਦੇ ਹੱਥ ਪੈਰ ਨਾ ਖੋਲਿਓ। ਇੱਥੋਂ ਪਤਾ ਲੱਗਦਾ ਵੀ ਕਿੰਨਾ ਕੁ ਡਰ ਹੋਊਗਾ ਹਕੂਮਤ ਨੂੰ। ਕੱਢ ਲਿਆ ਜੀ ਬਾਹਰ ਬਾਜ ਸਿੰਘ, ਜਿਹੜਾ ਖੜਾ ਸੀ ਨਾ ਨਾਲ ਉੱਥੇ ਸਿਪਾਹੀ, ਉਹਦੀ ਤਲਵਾਰ ਧੂਲੀ, ਹਾਲਾਂਕਿ ਹੱਥ ਨੂੰ ਹੱਥ ਕੜੀ ਲੱਗੀ ਹੋਈ ਹੈ, ਤਿੰਨ ਬੰਦੇ ਝਟਕਾ ਤੇ। ਫਰਕਸ਼ੀਅਰ ਮੌਕੇ ਦਾ ਬਾਦਸ਼ਾਹ ਕੁਰਸੀ ਛੱਡ ਕੇ ਭੱਜ ਗਿਆ ਸੀ, ਭੱਜਿਆ ਜਾ ਰਿਹਾ। ਬਾਜ ਸਿੰਘ ਕਹਿੰਦਾ ਡਰਨਾ, ਹੱਥ ਪੈਰ ਬੰਨੇ ਹੋਏ ਨੇ ਮੇਰੇ, ਤੂੰ ਕਾਹਨੂੰ ਡਰਦਾ ਕਮਲਿਆ, ਆ ਜਾ ਬੁੜਿਆ। ਆ ਕੇ ਫਰਕਸ਼ੀਅਰ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਇਹਨਾਂ ਬਾਰੇ। ਉਹਦੇ ਸਿਪਾਹੀ ਕਹਿੰਦੇ ਕੀ? ਕਹਿੰਦਾ ਇਹੋ ਜਿਹੇ ਸੀ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਦੇ, ਤਾਂ ਹੀ ਨਹੀਂ ਆਪਾਂ ਤੋਂ ਫੜਿਆ ਗਿਆ। ਇਹੋ ਜਿਹੇ ਸੀ, ਐਡੇ ਉੱਦਮੀ,
ਐਡੇ ਸਾਹਸ ਵਾਲੇ, ਐਡੇ ਨਿਰਭੈ, ਐਡੇ ਜਜ਼ਬੇ ਦੇ ਭਰੇ ਹੋਏ, ਤਾਂ ਹੀ ਆਪਾਂ ਸਾਰਾ ਜ਼ੋਰ ਲਾ ਲਿਆ ਗੁਰੂ ਗੋਬਿੰਦ ਸਿੰਘ ਨੂੰ ਫੜਨ ਲਈ, ਉਹ ਫੜਿਆ ਹੀ ਨਹੀਂ ਗਿਆ, ਉਹ ਨਹੀਂ ਫੜਿਆ ਗਿਆ। ਇਹ ਸਾਡੇ ਉੱਦਮ ਦੀਆਂ ਕਥਾਵਾਂ ਨੇ, ਸਾਡੇ ਸਾਹਸ ਦੀਆਂ ਕਥਾਵਾਂ ਨੇ। ਅਤੇ ਇਹੀ ਗੱਲ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਦੋਂ ਤੁਸੀਂ ਭਾਈ ਧਰਮ ਵਾਲੇ ਪਾਸੇ ਚੱਲੋ, ਚੰਗੇ ਗੁਣਾਂ ਵਾਲੇ ਪਾਸੇ ਚੱਲੋ, ਤੁਹਾਡੇ ਮਨ ਵਿੱਚ ਕਦੇ ਵੀ ਭਲਾ ਆਵੇ, ਕਿਉਂਕਿ ਜਿਹੜਾ ਮਨ ਹੈ ਨਾ, ਇਹ ਪਲ ਪਲ ਕਰਕੇ ਬਦਲਦਾ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਕਦੇ ਨੈਗੇਟਿਵ ਕਦੇ ਪੋਜ਼ਿਟਿਵ, ਕਦੇ ਉੱਪਰ ਚਲਾ ਜਾਂਦਾ। ਉੱਪਰ ਦਾ ਮਤਲਬ ਕੀ ਹੈ? ਐਨ ਚੜ੍ਹਦੀ ਕਲਾ ਵਾਲੀ ਸੋਚ ਆ ਜਾਂਦੀ, ਉਸਾਰੂ ਸੋਚ ਆ ਜਾਂਦੀ ਹੈ ਮਨ 'ਚ ਵੀ ਆਪਾਂ ਸਵੇਰੇ ਉੱਠਿਆ ਕਰੀਏ, ਬਾਣੀ ਪੜ੍ਹਿਆ ਕਰੀਏ, ਭਲਾ ਕਰਿਆ ਕਰੀਏ, ਕਿਸੇ ਦਾ ਮਾੜਾ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿ ਰੱਬ ਨੇ ਆ ਸਾਨੂੰ ਜੀਵਨ ਦਿੱਤਾ ਹੈ, ਜੀਵਨ ਸਫਲਾ ਕਰੀਏ। ਅਤੇ ਫਿਰ ਜਦੋਂ ਸ਼ਾਮ ਹੋ ਜਾਂਦੀ ਹੈ, ਉਹ ਸਾਰੂ ਸੋਚ ਗਾਇਬ ਹੋ ਜਾਂਦੀ ਹੈ, ਫਿਰ ਕੀ ਕਹਿਣ ਲੱਗ ਕਹਿੰਦਾ ਦੁਨੀਆਂ 'ਤੇ ਵਾਰ ਵਾਰ ਨਹੀਂ ਆਉਣਾ, ਚਲੋ ਥੋੜ੍ਹਾ ਮੋਟਾ ਸ਼ੱਕ ਛਕਾ ਲਿਆ ਕਰੀਏ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਪਤਾਲ ਵੱਲ ਨੀਵਾਂ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਸ ਲਈ ਜੇ ਚੰਗਾ ਮਨ 'ਚ ਆ ਗਿਆ, ਉਸੇ ਵਕਤ ਉਹਨੂੰ ਜੀਵਨ 'ਚ ਬਸ ਕਮਾ ਲਓ। ਕਬੀਰ, ਕਾਲ ਕਰੰਤੈ ਅਵਹਿ ਕਰ, ਅਵ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ, ਫਿਰ ਦੇਰੀ ਨਾ ਲਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਮਾੜੇ ਕੰਮਾਂ ਲਈ ਦੇਰੀ ਕਰੋ, ਚੰਗੇ ਕੰਮਾਂ ਲਈ ਦੇਰੀ ਨਾ ਕਰੋ। ਆਹ ਦ੍ਰਿਸ਼ਟਾਂਤ ਦੇ ਕੇ ਆਪਾਂ ਅਗਲੇ ਅਰਥ ਵਿੱਚ, ਇੱਕ ਸ਼ਾਹੂਕਾਰ ਸੀ, ਪੁਰਾਣਾ ਸਮਾਂ ਸੀ, ਦੂਰ ਦੁਰਾਡੇ ਚਲਾ ਗਿਆ, ਭੁੱਖ ਲੱਗੀ, ਖਜੂਰਾਂ ਦਾ ਦਰਖਤ ਸੀ, ਵੇਖ ਲਈਆਂ ਵੀ ਖਜੂਰਾਂ ਉੱਪਰ ਨੇ, ਤਾਂ ਖਾਣ ਦੇ ਲੋਭ 'ਚ ਨਾ ਖਜੂਰ ਦੇ ਦਰਖਤ 'ਤੇ ਚੜ ਗਿਆ ਜੀ ਉਹ। ਤੁਹਾਨੂੰ ਪਤਾ ਵੀ ਖਜੂਰ ਦਾ ਦਰਖਤ ਲੰਮਾ ਡਾਢਾ ਹੁੰਦਾ, ਉੱਪਰ ਤਾਂ ਚਲਾ ਗਿਆ ਪਰ ਜਦੋਂ ਨੇ ਹੇਠਾਂ ਵੇਖਿਆ ਨਾ, ਡਰ ਗਿਆ, ਉਹ ਡਰ ਗਿਆ, ਕਹਿੰਦਾ ਮੈਂ ਤਾਂ ਬਾਲਾ ਉੱਚਾ ਆ ਗਿਆ। ਉੱਪਰ ਗਿਆ ਹੀ, ਫਿਰ ਉਹ ਆਪਣੇ ਮਨੋਂ ਸੋਚਦਾ, ਅਰਦਾਸ ਕਰਦਾ, ਕਹਿੰਦਾ ਐ ਰੱਬ ਜੀ, ਜੇ ਅੱਜ ਤੂੰ ਮੈਨੂੰ ਸਹੀ ਸਲਾਮਤ ਹੇਠਾਂ ਤਾਰ ਦਵੇਂ ਨਾ, ਵੀ ਮੈਂ 100 ਕੰਬਲ ਦਾਨ ਕਰੂੰਗਾ, 100 ਕੰਬਲ। ਚਲੋ ਜੀ, ਹੌਲੀ ਹੌਲੀ ਹੇਠਾਂ ਆਉਂਦਾ ਗਿਆ, ਜਦੋਂ ਅੱਧ ਕਚਾ ਗਿਆ, ਕਹਿੰਦਾ ਵੀ 100 ਕੰਬਲ ਉਹਨੇ ਕੀ ਕਰਨੇ ਨੇ, ਸਾਹੂਕਾਰ ਸੀ ਨਾ, ਵਪਾਰੀ ਬੰਦਾ, ਕਹਿੰਦਾ ਚਲੋ 50 ਦੇ ਦਾਂਗੇ ਆਪਾਂ। ਉਦੋਂ ਹੇਠਾਂ ਆ ਗਿਆ, 25 ਰਹਿ ਗਏ, ਬਿਲਕੁਲ ਹੇਠਾਂ ਆ ਗਿਆ, ਉਹ ਕਹਿੰਦਾ 25 ਵੀ ਜ਼ਿਆਦਾ ਨੇ, 5 ਠੀਕ ਨੇ, ਖਰਚਾ ਬਹੁਤ ਹੋ ਜਾਊਗਾ। ਗਿਆ ਜਲਦੀ ਜਲਦੀ ਜਾ ਕੇ ਬਾਜ਼ਾਰ 'ਚ ਦੁਕਾਨਦਾਰ ਨੂੰ, ਕਹਿੰਦਾ ਵੀ 5 ਕੰਬਲ ਕੱਢ ਦੇ ਜਲਦੀ ਜਲਦੀ। ਉਹਦੇ ਗ੍ਰਾਹਕ ਹੋਰ ਵੀ ਬੈਠੇ ਸੀ ਉੱਥੇ, ਉਹ ਕਹਿੰਦਾ ਵੀ ਤੇਰੇ ਵਰਗਾ ਗ੍ਰਾਹਕ ਇੰਨਾ ਤੱਤਾ, ਇੰਨਾ ਤੇਜ਼ ਤਰਾਰ ਪਹਿਲੀ ਵਾਰ ਵੇਖਿਆ, ਆਹ ਤੈਨੂੰ ਦਿਸਦੇ ਨਹੀਂ ਆਲੇ ਦੁਆਲੇ ਬੈਠੇ ਨੇ, ਕਹਿੰਦਾ ਮੈਂ ਤੈਨੂੰ ਤਾਂ ਕਹਿਣਾ ਵੀ 100 ਚੋਂ 5 ਰਹਿ ਗਏ ਨੇ, ਕਿਤੇ 5 ਬਣਾ ਚਲੇ ਜਾਣ, ਵੀ ਜਲਦੀ ਜਲਦੀ ਦੇ ਦੇ, ਪਹਿਲਾਂ 100 ਸੁੱਖੇ ਸੀ, 50 ਆ ਗਏ, ਫਿਰ 25 ਆ ਗਏ, 5 ਰਹਿ ਗਏ, ਕਿਤੇ 5 ਬਣਾ ਚਲੇ ਜਾਣ, ਹੁਣ ਜਲਦੀ ਜਲਦੀ ਮੈਨੂੰ ਦੇ ਦੇ। ਇਹ ਗੱਲ ਹੈ, ਕਦੇ ਵੀ ਆਪਾਂ ਚੰਗਾ ਫੁਰਨਾ ਮਨ 'ਚ ਬਣਾਈਏ ਤਾਂ ਫਿਰ ਦੇਰੀ ਨਾ ਕਰੋ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਜੇ ਦੇਰੀ ਕਰਨੀ ਹੈ ਮਾੜੇ ਕੰਮਾਂ ਲਈ ਕਰੋ, ਪਾਪ ਲਈ ਕਰੋ, ਉਹਦੇ ਬਾਰੇ ਸੋਚੋ ਵੀ ਜੇ ਮੈਂ ਇਹ ਕੰਮ ਕਰ ਲਿਆ
ਤਾਂ ਮੈਨੂੰ ਮਿਲੂਗਾ ਕੀ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨ ਮੁਖ ਮੁਗਧ ਕਰਾ। ਸੋਚੋ ਨਾ ਉਹਦੇ ਬਾਰੇ ਪਾਤਸ਼ਾਹ ਕੀ ਕਹਿ ਰਹੇ ਨੇ। ਇਹੀ ਗੱਲ ਮਹਾਰਾਜ ਇੱਥੇ ਸਮਝਾ ਰਹੇ ਹਨ। ਦਿਰੜੰਤ ਨਾਮੰ ਤਜੰਤ ਲੋਭੰ। ਫਿਰ ਕੀ ਕਰਨਾ ਹੈ? ਨਾਮ ਨੂੰ ਅੰਦਰ ਦ੍ਰਿੜ ਕਰਨਾ, ਪੱਕਾ ਕਰਨਾ। ਤਜੰਤ ਲੋਭੰ, ਤੇ ਲੋਭ ਦਾ ਤਿਆਗ ਕਰਨਾ ਹੈ। ਸਰਨ ਸੰਤੰ ਕਿਲ ਵਿਗਨਾਸਨ। ਸਰਨ ਸੰਤੰ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜਾਣਾ ਹੈ। ਕਬੀਰ, ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਬਾਹੂ, ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹੋ। ਸਰਨ ਸੰਤੰ ਤੇ ਹੋਏਗਾ ਕਿ ਕੇਲ ਵਿਖ ਨਾਸੰ, ਵੱਡੇ ਵੱਡੇ ਜਿਹੜੇ ਬੱਜਰ ਪਾਪ ਨੇ ਉੱਥੇ ਜਾ ਕੇ ਜਦੋਂ ਤੁਹਾਡੀ ਸੁਰਤ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇਗੀ ਤੇ ਉਹ ਜਿਹੜੇ ਪਾਪ ਨੇ ਧੁੱਪ ਜਾਣਗੇ, ਖਤਮ ਹੋ ਜਾਣਗੇ। ਅੱਗੇ ਵਚਨ ਕਰਦੇ ਹਨ, ਪ੍ਰਾਪਤੰ ਧਰਮ ਲਖਿਆਣ। ਹਾਂਜੀ, ਇਹ ਲੱਛਣ ਨੇ ਧਰਮ ਦੀ ਪ੍ਰਾਪਤੀ ਦੇ। ਹੁਣ ਇਹ ਜਿਹੜਾ ਸ਼ਬਦ ਹੈ, ਲੱਲੇ ਤੇ ਅਦਕ, ਖੱਖੇ ਸਿਆਰੀ, ਐੜਾ ਤੇ ਨਾਨਾ, ਲੱਖਿਆਣ, ਇਸ ਤਰ੍ਹਾਂ ਇਹਦਾ ਉਚਾਰਨ ਹੈ। ਅੱਗੇ ਮਹਾਰਾਜ ਵਚਨ ਕਰਦੇ ਹਨ, ਨਾਨਕ ਜਿਹੇ ਸੋ ਪ੍ਰਸੰਨ ਮਾਧਵੈ ਹੈ। ਫਿਰ ਗੁਰੂ ਅਰਜਨ ਮਹਾਰਾਜ ਨਾਨਕ ਪਦ ਲਾ ਕੇ ਅਖੀਰਲੀ ਤੁਕ ਉਚਾਰਨ ਕਰਦੇ, ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ। ਜਿਹੜਾ ਮਾਧਵ ਹੈ ਸ਼ਬਦ ਹੈ, ਇਹ ਦੋ ਸ਼ਬਦਾਂ ਦਾ ਜੋੜ ਹੈ। ਆਪਾਂ ਕਹਿੰਦੇ ਕਈ ਵਾਰੀ ਸ਼ਬਦ ਆਉਂਦਾ ਮਾਧੋ, ਦੋ ਰੂਪਾਂ ਕਰਕੇ ਆਇਆ ਇਹ, ਮਾਧੋ ਜਾਂ ਮਾਧਵੇ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਈ ਨਾ ਤੈਸਾ। ਜਾਂ ਫਿਰ ਵਚਨ ਹੈ, ਮੇਰੇ ਮਾਧੋ ਜੀ ਸਤਸੰਗਤ ਮਿਲੇ। ਇੱਥੇ ਜਿਹੜਾ ਸ਼ਬਦ ਹੈ ਮਾਧਵ ਹੈ, ਅਰਥ ਇੱਕੋ ਹੀ ਹੈ। ਤਰੀਕੇ ਤਿੰਨ ਨੇ, ਅਰਥ ਇੱਕੋ ਹੀ ਹੈ। ਅਰਥ ਕੀ ਹੈ? ਮਾਂ ਮਾਇਆ, ਧਉ ਆਸਰਾ ਜਾਂ ਪਤੀ, ਮਾਇਆ ਦਾ ਪਤੀ, ਮਾਇਆ ਦਾ ਮਾਲਕ। ਆ ਜੋ ਵੀ ਹੈ ਨਾ, ਇਹਨੂੰ ਪੈਦਾ ਕਰਨ ਵਾਲਾ ਉਹ ਹੈ, ਇਹਦਾ ਖਸਮ ਉਹ ਹੈ, ਮਾਲਕ ਉਹ ਹੈ, ਮਾਇਆ ਦਾ ਆਸਰਾ, ਮਾਇਆ ਦਾ ਪਤੀ। ਤਾਂ ਕਰਕੇ ਉਹਨੂੰ ਮਾਧੋ, ਮਾਧਵੀ, ਮਾਧਵ ਹੈ ਕਿਹਾ ਗਿਆ। ਕਹਿੰਦੇ ਜਦੋਂ ਉਹ ਕਿਸੇ 'ਤੇ ਫਿਰ ਤਰੁੱਠਦਾ ਹੈ ਨਾ, ਖੁਸ਼ ਹੁੰਦਾ, ਸੋ ਪ੍ਰਸੰਨ ਹੁੰਦਾ, ਤਾਂ ਕੀ ਮਿਲਦਾ? ਫਿਰ ਜਿਹੜੇ ਉੱਪਰ ਇਹ ਵਚਨ ਕੀਤੇ ਨੇ ਵੀ ਉਹਨੂੰ ਜਦੋਂ ਧਰਮ ਦੇ ਕਰਮ ਕਰਦਾ ਉਹਦੇ ਵਿੱਚ ਦੇਰੀ ਨਹੀਂ ਕਰਦਾ। ਹੁਣ ਅਖੀਰਲੀ ਤੁਕ ਨਾਲ ਜੁੜਿਆ ਸਾਰਾ ਸ਼ਬਦ ਇਹ, ਤੇ ਪਾਪਾਂ ਲਈ ਦੇਰੀ ਕਰਦਾ, ਨਾਮ ਨੂੰ ਦ੍ਰਿੜ ਕਰ ਲੈਂਦਾ, ਲੋਭ ਨੂੰ ਤਿਆਗ ਦਿੰਦਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ। ਇਹ ਕਦੋਂ ਹੁੰਦਾ ਸਾਰਾ ਕੁਝ? ਜਦੋਂ ਅਕਾਲ ਪੁਰਖ ਕਿਸੇ 'ਤੇ ਖੁਸ਼ ਹੋਦਾ, ਤਰੁੱਠ ਜਾਏ। ਸੋ ਆਪਾਂ ਜਿੰਨਾ ਕੁਝ ਵੀ ਕਰਦੇ ਹਾਂ ਉਹਦੀ ਨਾਦਰ ਲੈਣ ਲਈ ਕਰਦੇ ਹਾਂ, ਮਿਹਰ ਲੈਣ ਲਈ ਕਰਦੇ ਹਾਂ, ਬਖਸ਼ਿਸ਼ ਲੈਣ ਲਈ ਕਰਦੇ ਹਾਂ ਕਿ ਪਾਤਸ਼ਾਹ ਜੀ ਸਾਡੇ 'ਤੇ ਮਿਹਰ ਕਰ, ਸਾਡੇ 'ਤੇ ਕਿਰਪਾ ਕਰ, ਸਾਡੇ 'ਤੇ ਬਖਸ਼ਿਸ਼ ਕਰ। ਉਹ ਜਿਹੜੀਆਂ ਤਰੀਆਂ ਦਾਤਾਂ ਨੇ ਸਾਡੀ ਝੋਲੀ 'ਚ ਪੈ ਜਾਣ। ਤੋਂ ਪਾਤਸ਼ਾਹ ਜੀ ਨੇ ਅੱਜ ਧਰਮੀ ਪੁਰਖ ਦੇ ਲੱਛਣਾਂ ਦੀ, ਖੂਬੀਆਂ ਦੀ ਗੱਲ ਕੀਤੀ ਹੈ, ਅਤੇ ਡਾਰਵਨ ਦੀ ਵਿਧੀ ਵੀ ਇਹੀ ਹੈ। ਜੇ ਤੁਸੀਂ ਅਜੋ ਕਿ ਫਿਲੋਸਫਰਾਂ ਨੂੰ, ਵਿਦਵਾਨਾਂ ਨੂੰ ਪੜ੍ਹੋ, ਡਾਰਵਨ ਦੀ ਵਿਧੀ ਵੀ ਆਹੀ ਹੈ। ਉਹ ਕੀ ਕਹਿੰਦਾ? ਕਹਿੰਦਾ ਮਨੁੱਖ ਦੇ ਅੰਦਰ ਦੋ ਬਿਰਤੀਆਂ ਨੇ, ਇੱਕ ਪਸ਼ੂ ਬਿਰਤੀਆਂ ਨੇ, ਇੱਕ ਮਨੁੱਖ ਬਿਰਤੀਆਂ ਨੇ। ਪਸ਼ੂ ਬਿਰਤੀਆਂ ਨੂੰ ਦਬਾਉਣਾ ਅਤੇ ਮਨੁੱਖੀ ਬਿਰਤੀਆਂ ਨੂੰ ਉਜਾਗਰ ਕਰਨਾ ਧਰਮ ਦਾ ਹੀ ਕੰਮ ਹੈ।
ਇਉਂ ਲੱਗਦਾ ਕਿ ਡਾਰਵਿਨ ਨੇ ਵੀ ਗੁਰਮਤ ਨੂੰ ਪੜ੍ਹਿਆ ਹੋਊਗਾ। ਕਿਉਂ ਮਹਾਰਾਜ ਵੀ ਇਹੀ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸਾਡੇ ਅੰਦਰ ਬਹੁਤ ਪਸ਼ੂ ਨੇ, ਪੰਛੀ ਵੀ ਨੇ, ਬਹੁਤ ਕੁਝ ਪਿਆ ਅੰਦਰ। ਉਹ ਪਸ਼ੂ ਬਿਰਤੀਆਂ ਨੂੰ ਦਬਾਉਣਾ, ਮਨੁੱਖੀ ਬਿਰਤੀਆਂ ਨੂੰ ਉਜਾਗਰ ਕਰਨਾ ਧਰਮ ਦਾ ਕੰਮ ਹੈ। ਧਰਮ ਇਹੀ ਦੱਸਦਾ ਵੀ ਤੁਸੀਂ ਜਿਹੜੇ ਔਗਣ ਨੇ ਉਹਨਾਂ ਨੂੰ ਦਬਾ ਦਿਓ, ਕੱਢ ਦਿਓ ਅਤੇ ਗੁਣਾਂ ਨੂੰ ਧਾਰਨ ਕਰ ਲਓ। ਧਰਮ ਇਹ ਸਾਨੂੰ ਸਿਖਾਉਂਦਾ। ਸਾਰੇ ਧਰਮ ਇੱਥੇ ਖੜ੍ਹੇ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਕਿਰਪਾ ਕਰੇ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ। ਗੁਰੂ ਮਹਾਰਾਜ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਅਖੀਰਲੀਆਂ ਤੁਕਾਂ ਦਾ ਪਾਠ ਸਰਵਨ ਕਰੋ। ਸਰਨ ਸੰਤੰ ਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਿਅਣ, ਨਾਨਕ ਜਿਹੇ ਸੋ ਪ੍ਰਸੰਨ ਮਾਧਵੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ।